ਨਾਮਧਾਰੀ ਪੰਥ ਦੀ ਜੋ ਏਕਤਾ ਹੈ ਉਹ ਇੱਕ ਆਪਣੇ ਆਪ ਵਿੱਚ ਹੀ ਸਲਾਹੁਣ ਯੋਗ ਹੈ। ਕਿਸੇ ਨੂੰ ਇਹ ਆਪਣੇ ਆਪ ਆਪਣੇ ਪੰਥ ਆਪਣੇ ਸਤਿਗੁਰੂ 'ਤੇ ਮਾਣ ਹੋਣਾ ਇਹ ਕੋਈ ਬੁਰਾਈ ਨਹੀਂ। ਆਪਣੇ ਆਪ ਦੀਆਂ ਇੱਕ ਖਾਸ ਅਜਿਹੀਆਂ ਗੱਲਾਂ ਵੀ ਹੁੰਦੀਆਂ ਜਿਨ੍ਹਾਂ ਉੱਤੇ ਮਾਣ ਕੀਤਿਆਂ ਬੁਰਾਈ ਪੈਦਾ ਹੁੰਦੀ ਹੈ, ਉਹ ਹੰਕਾਰ ਵਿੱਚ ਗਿਣਿਆ ਜਾਂਦਾ ਹੈ। ਇਹਨਾਂ 20 ਮਿੰਟਾਂ ਵਿੱਚ ਮੈਂ ਕੁਝ ਵਿਚਾਰ ਆਪ ਦੇ ਸਾਹਮਣੇ ਰੱਖਣ ਲਈ ਹਾਜ਼ਰ ਹੋਇਆ ਹਾਂ। ਮੈਂ ਇਸ ਗੱਲ ਦਾ ਕਾਇਲ ਹਾਂ ਔਰ ਮੈਂ ਕਈ ਵਾਰਾਂ ਇਹ ਗੱਲ ਕਹੀ ਹੈ ਕਿ ਦੁਨੀਆਂ ਵਿੱਚ ਸਾਰੀ ਦੁਨੀਆਂ ਵਿੱਚ ਅਤੇ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੀਆਂ ਕੁੱਲ ਸਮਾਜਾਂ ਵਿੱਚ ਕਈ ਤਰ੍ਹਾਂ ਦੀਆਂ ਐਸੀਆਂ ਗੱਲਾਂ ਤੁਸੀਂ ਪਾਓਗੇ ਜਿਨ੍ਹਾਂ ਨੂੰ ਵੇਖ ਕੇ ਸੁਣ ਕੇ ਪੜ੍ਹ ਕੇ ਸਿਆਣੇ ਆਦਮੀਆਂ ਦੇ ਦਿਮਾਗ ਵਿੱਚ ਇੱਕ ਗੱਲ ਪੈਦਾ ਹੁੰਦੀ ਹੈ ਕਿ ਏਡੀ ਅਸ਼ਾਂਤੀ ਕਿਉਂ ਹੈ। ਜਿਹੜੇ ਲੋਕ ਅਖਬਾਰਾਂ ਪੜ੍ਹਦੇ ਨੇ ਉਹ ਜਾਣਦੇ ਨੇ ਵੀ ਅੱਜ ਕਿਵੇਂ ਦੀ ਅੱਗ ਸੰਸਾਰ ਵਿੱਚ ਵਰ ਰਹੀ ਹੈ। ਅਸੀਂ ਦੁਨੀਆਂ ਨੂੰ ਕੁਛ ਚਿਰ ਵਾਸਤੇ ਅੱਖੋਂ ਓਝਲ ਕਰ ਦਿੰਦੇ ਹਾਂ, ਛੱਡ ਦਿੰਦੇ ਹਾਂ ਵੀ ਅਫਰੀਕਾ 'ਚ ਕੀ ਹੋ ਰਿਹਾ ਹੈ, ਰੂਸ ਕਿੱਧਰ ਨੂੰ ਜਾ ਰਿਹਾ ਹੈ, ਬਰਤਾਨੀਆ ਅੱਜ ਕਿੱਥੋਂ ਸੀ ਅਤੇ ਕਿੱਥੇ ਪਹੁੰਚ ਗਿਆ, ਹੋਰ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਅੱਜ ਕੀ ਹੋ ਰਿਹਾ। ਇਹਨਾਂ ਗੱਲਾਂ ਨੂੰ ਅਸੀਂ ਕੁਝ ਚਿਰ ਵਾਸਤੇ ਛੱਡ ਦਿੰਦੇ ਹਾਂ, ਕਿਉਂ? ਇਹਨਾਂ ਨਾ ਟਾਈਮ ਹੈ ਭਾਈ ਉਹਨਾਂ ਦਾ ਥੋੜ੍ਹਾ ਥੋੜ੍ਹਾ ਵਰਣਨ ਕਰ ਦਿੱਤਾ ਜਾਵੇ। ਅਸੀਂ ਅੱਜ ਹਿੰਦੁਸਤਾਨ ਨੂੰ ਸਾਰੇ ਨੂੰ ਮੱਦੇਨਜ਼ਰ ਥੋੜ੍ਹਾ ਜਿਹਾ ਰੱਖ ਕੇ ਉਸ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਦਾ ਵਰਣਨ ਵੀ ਸਾਹਮਣੇ ਲੈ ਆਈਏ ਜਿਹੜੇ ਹਿੰਦੁਸਤਾਨ ਨਾਲ ਤਲਕ ਰੱਖਦੇ ਨੇ। ਉਸ ਤੋਂ ਬਾਅਦ ਅਸੀਂ ਆਪਣੇ ਘੇਰੇ ਵਿੱਚ ਸਿੱਖ ਸਮਾਜ ਵੱਲ ਆਈਏ ਤਾਂ ਕਿਤੇ ਵੀ ਤੁਸੀਂ ਉਂਗਲ ਰੱਖਦੇ ਹੋ ਤੁਹਾਨੂੰ ਇਹ ਨਿਸ਼ਚਾ ਹੋ ਜਾਵੇਗਾ, ਯਕੀਨ ਤੁਸੀਂ ਕਰੋਗੇ ਕਿ ਅੱਜ ਕਿਤੇ ਵੀ ਸੁੱਖ ਨਹੀਂ। ਔਰ ਉਸ ਤੋਂ ਬਾਅਦ ਅਸੀਂ ਆਪਣੇ ਨਾਮਧਾਰੀ ਪੰਥ ਵਿੱਚ ਜੇ ਆਈਏ ਅਤੇ ਉਹਨਾਂ ਉੱਤੇ ਨਜ਼ਰ ਮਾਰੀਏ ਤਾਂ ਫਿਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਔਰ ਤੁਸੀਂ ਸਾਰੇ ਹੀ ਇਸ ਗੱਲ ਨੂੰ ਅਨੁਭਵ ਕਰੋਗੇ ਕਿ ਜੇ 100% ਸੁੱਖ ਨਹੀਂ ਤੇ ਅਸੀਂ 99%
ਆਨੰਦ ਵਿੱਚ ਹਾਂ, ਸੁੱਖ ਵਿੱਚ ਹਾਂ। ਜਿਹੜੇ ਦੁੱਖ ਸਾਨੂੰ ਵਾਪਰੇ ਨੇ ਜਾਂ ਵਾਪਰਦੇ ਨੇ, ਉਹਨਾਂ ਦਾ ਗੂੜੀ ਫਿਲਾਸਫੀ ਇਹ ਹੈ, ਉਹ ਜੇ ਅਸੀਂ ਉਹਨਾਂ ਨੂੰ ਦੁੱਖ ਸਮਝਾਂਗੇ, ਉਹ ਦੁੱਖ ਨਹੀਂ, ਉਹ ਇੱਕ ਕਦੀਮੀ ਰਸਮ ਹੈ ਜਿਹੜੀ ਗੁਰੂਆਂ ਉੱਤੇ ਹਮੇਸ਼ਾ ਹੀ ਵਾਰਦ ਹੁੰਦੀ ਆਈ ਹੈ। ਉਹਨਾਂ ਨੂੰ ਉਹਨਾਂ ਦਾ ਸ਼ਿਕਾਰ ਹੋਣਾ ਹੀ ਪੈਂਦਾ ਰਿਹਾ। ਉਹਨਾਂ ਨੂੰ ਕਦੀ ਵੀ ਅਸੀਂ ਕਹਿ ਨਹੀਂ ਸਕਦੇ ਕਿ ਉਹ ਦੁੱਖ ਸਨ। ਜਿਵੇਂ ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ 'ਤੇ ਬੈਠੇ, ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਗਏ, ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਚੱਕੀ ਝੋਈ, ਗੁਰੂ ਹਰਗੋਬਿੰਦ ਜੇਲ੍ਹ ਵਿੱਚ ਰਹੇ, ਅਤੇ ਇਸ ਤੋਂ ਅੱਗੋਂ ਸ੍ਰੀ ਬਾਬਾ ਵੀਰ ਸਿੰਘ ਜੀ ਜੇਲ੍ਹ ਵਿੱਚ ਗਏ। ਕਈ ਲੋਕ ਇਹਨਾਂ ਨੂੰ ਦੁੱਖ ਸਮਝਦੇ ਨੇ, ਪਰ ਮੈਂ ਇਹਨਾਂ ਨੂੰ ਦੁੱਖ ਨਹੀਂ ਸਮਝਦਾ। ਮੈਂ ਸਮਝਦਾ ਹਾਂ ਵੀ ਇਹ ਇੱਕ ਜ਼ਰੂਰੀ ਚੀਜ਼ ਹੈ ਕਿ ਗੁਰੂ ਪੀਰ ਮਹਾਂਪੁਰਸ਼ ਜਿਹੜੇ ਆਉਂਦੇ ਨੇ ਸੰਸਾਰ ਵਿੱਚ, ਉਹਨਾਂ ਦੇ ਉੱਤੇ ਕੋਈ ਨਾ ਕੋਈ ਤਕਲੀਫ਼ ਜ਼ਰੂਰ ਹੁੰਦੀ ਹੈ। ਕੀ ਕਾਰਨ ਹੈ ਕਿ ਨਾਮਧਾਰੀ ਪੰਥ ਸੁੱਖ ਵਿੱਚ ਹੈ? ਇਸ ਖਿਆਲ ਨਾਲ ਮੈਂ ਕੁਝ ਲਫ਼ਜ਼ ਤੁਹਾਡੇ ਸਾਹਮਣੇ ਰੱਖਣੇ ਹਨ। ਸ਼ਾਇਦ ਕਈ ਸੱਜਣ ਮੇਰੀ ਇਸ ਗੱਲ ਨਾਲ ਮੁਤਫਿਕ ਨਾ ਵੀ ਹੋਣ। ਹੋ ਸਕਦਾ ਉਹ ਕਹਿਣਗੇ ਨਾਮਧਾਰੀਆਂ ਨੂੰ ਇਹ ਦੁੱਖ ਨੇ, ਨਾਮਧਾਰੀਆਂ ਦੇ ਗੌਰਮੈਂਟ ਡੰਗਰ ਖੋਲ ਕੇ ਲੈ ਗਈ ਸੀ, ਚੰਗੇ ਪਸ਼ੂ ਏਕੇ ਲੈ ਗਈ ਸੀ ਸਰਕਾਰ, ਪ੍ਰੈਸ ਨੂੰ ਜੱਦਰਾ ਮਾਰ ਦਿੱਤਾ ਸੀ ਸਰਕਾਰ ਨੇ, ਨਾਮਧਾਰੀਆਂ ਦੀ ਜ਼ਮਾਨਤਾਂ ਹੋਈਆਂ ਸਨ। ਮਹਾਰਾਜ ਵੀਰ ਸਿੰਘ ਜੀ ਦੀ ਇੰਨੇ ਲੱਖ ਦੀ ਜ਼ਮਾਨਤ ਹੋ ਗਈ ਹੈ, ਜਾਂ ਇਹ ਹੈ ਹੋਰ ਕੀ ਦੁੱਖ ਨੇ ਜੀ ਕਿ ਉਹਦਾ ਇਹਨਾਂ ਨੂੰ ਦੁੱਖ ਨਹੀਂ ਜਿਹੜਾ ਦੁਨੀਆਂ ਨੂੰ ਦੁੱਖ ਹੈ? ਮੇਰਾ ਖਿਆਲ ਹੈ ਕਿ 85% ਤੋਂ ਉੱਤੇ ਨਾਮਧਾਰੀ ਦੇਸੀ ਘਿਓ ਖਾਂਦੇ ਨੇ। ਬਦਾਮਾਂ ਦਾ ਇਹਨਾਂ ਨੂੰ ਦੁੱਖ ਨਹੀਂ ਵੀ ਮਿਲਦੇ ਨਹੀਂ, ਹੋਰ ਦੁਨਿਆਵੀ ਦੁੱਖ ਜਿਹੜੇ ਨੇ ਉਹ ਕੋਈ ਨਹੀਂ। ਅਗਰ ਦੁੱਖ ਹੈ ਨਾ ਕੋਈ ਜੇ ਮਹਿਸੂਸ ਕਰਦਾ ਹੋਵੇ ਤਾਂ ਇਹੋ ਹੀ ਨੇ ਕਿ ਜਿਹੜੀ ਗੌਰਮੈਂਟ ਜਾਂ ਉਸ ਵੇਲੇ ਦੇ ਸ਼ਾਸਨ ਕਰਤਾ ਹੁੰਦੇ ਨੇ ਉਹਨਾਂ ਨਾਲ ਕੁਝ ਮਤਭੇਦ ਹੁੰਦਾ ਗੁਰਗੱਦੀ ਦਾ, ਗੁਰਗੱਦੀ ਦਾ ਅਤੇ ਬਾਬਰ ਦੀ ਗੱਦੀ ਦਾ ਅਤੇ ਬਾਬੇ ਦੀ ਗੱਦੀ ਦਾ ਮਤਭੇਦ ਹੁੰਦਾ, ਅਤੇ ਉਹ ਹੁੰਦਾ ਹੀ ਰਹੇਗਾ। ਸਿਰਫ ਕਾਰਨ ਕੀ ਹੈ ਕਿ ਮੇਰੇ ਲਫ਼ਜ਼ਾਂ ਦੇ ਅਨੁਸਾਰ ਵੀ ਨਾਮਧਾਰੀ ਸੁਖੀ ਨੇ, ਉਹਦਾ ਇੱਕ ਕਾਰਨ ਸਭ ਤੋਂ ਵੱਡਾ ਹੈ ਜਿਹੜਾ ਕਿਤੇ ਨਹੀਂ ਮਿਲਦਾ, ਅੱਜ ਲੋਪ ਹੋ ਗਿਆ, ਅੱਜ ਖਤਮ ਹੋ ਗਿਆ, ਕਿ ਕੋਈ ਵੀ ਧਰਮ ਕੋਈ ਵੀ ਸਮਾਜ ਕੋਈ ਕਿਸੇ ਕੋਲ ਵੀ ਅਜਿਹਾ ਲੀਡਰ ਨਹੀਂ ਜਿਹੜਾ ਦੋ ਚੌਂ ਸਾਲੀ ਨਾ ਬਦਲ ਜਾਏ। ਕਿਉਂ? ਇੱਕ ਗੁਰੂ ਗੱਦੀ ਹੈ ਜਿਹੜੀ ਸਥਿਰ ਹੈ, ਜਿਹਦੀ ਆਦਤ ਵੀ ਐਸੀ ਜਿੰਨਾ ਚਿਰ ਉਸ ਗੁਰਗੱਦੀ ਦੇ ਅਨੁਸਾਰ ਧਰਮ ਚੱਲਦੇ ਰਹੇ ਉਹਨਾਂ ਚਿਰ ਸੁੱਖ ਰਿਹਾ, ਔਰ ਜਦੋਂ ਤਬਦੀਲੀਆਂ ਹੋਣ ਲੱਗ ਪਈਆਂ ਉਦੋਂ ਸੁੱਖ ਜਿਹੜੇ ਖਤਮ ਹੋ ਗਏ। ਕਿਉਂ? ਕੋਈ ਵੀ ਲੀਡਰ
ਉਹਨੂੰ ਤੇ ਇੰਨਾ ਹੀ ਫਿਕਰ ਲੱਗਾ ਰਹਿੰਦਾ ਹੈ ਲੀਡਰਾਂ ਨੂੰ, ਚਾਹੇ ਉਹ ਕ੍ਰਿਸਚੀਅਨ ਹੋਵੇ ਤੇ ਚਾਹੇ ਕੋਈ ਉਹਦੇ ਮੁਕਾਬਲੇ ਵਿੱਚ ਹੋਰ ਹੋਵੇ। ਸਿੱਖ ਸਮਾਜ ਵਿੱਚ ਮਾਸਟਰ ਤਾਰਾ ਸਿੰਘ ਹੋਵੇ ਜਾਂ ਸੰਤ ਫਤਿਹ ਸਿੰਘ ਹੋਵੇ, ਇਹਨਾਂ ਦੀ ਕਾਇਮੀ ਜਿਹੜੀ ਹੈ ਉਹ ਸਥਿਰ ਨਹੀਂ ਹੈ। ਲੀਡਰ ਨੇ ਲੀਡਰ ਲੋਕ ਬਦਲ ਦਿੰਦੇ ਨੇ। ਅਜੇ ਮਾਸਟਰ ਤਾਰਾ ਸਿੰਘ ਜੀ ਜੇਲ੍ਹ ਵਿੱਚ ਸਨ ਤੇ ਉਹਨਾਂ ਲੋਕਾਂ ਨੇ ਜਿਹੜੇ ਰਾਜਨੀਤਕ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਸੰਤ ਫਤਿਹ ਸਿੰਘ ਦੇ ਦਿਮਾਗ ਨੂੰ ਉਲਝਾ ਦਿੱਤਾ। ਮਾਸਟਰ ਹੋਰਾਂ ਦੇ ਬਾਹਰ ਨਿਕਲਣ ਦੀ ਡੇਰ ਹੋਈ, ਸਿੱਖ ਸਮਾਜ ਨੇ ਮਾਸਟਰ ਤਾਰਾ ਸਿੰਘ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ, ਸੰਤ ਫਤਿਹ ਸਿੰਘ ਨੂੰ ਭੜਕਾ ਦਿੱਤਾ ਤੇ ਤੂੰ ਵੱਡਾ ਲੀਡਰ ਹੈ। ਮਾਸਟਰ ਤਾਰਾ ਸਿੰਘ ਜਿੱਥੇ ਜਾਵੇ ਉੱਥੇ ਲੋਕ ਉਹਦੇ ਖਿਲਾਫ ਆਖਣ ਤੂੰ ਚੰਗਾ ਨਹੀਂ ਕੀਤਾ, ਤੂੰ ਚੰਗਾ ਨਹੀਂ ਕੀਤਾ, ਭਾਵੇਂ ਕਿ ਉਹ ਲੋਕ ਪਹਿਲੋਂ ਤੇ ਬਣਾ ਦਿੰਦੇ ਨੇ ਬੇਤਾਜ ਬਾਦਸ਼ਾਹ। ਬਾਬਾ ਖੜਕ ਸਿੰਘ ਜੀ ਮਹਾਰਾਜ ਸਿੱਖਾਂ ਨੇ ਚੁੱਕ ਲਿਆ ਉਤਾਂ ਦਾ ਉਤਾਂ, ਲੇਕਿਨ ਕਈ ਵਰੇ ਹੋ ਗਏ ਨੇ, ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇ ਬਾਬਾ ਖੜਕ ਸਿੰਘ ਜੀ ਅਜੇ ਵੀ ਜਿਉਂਦੇ ਨੇ। ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਕਿਉਂਕਿ 20 ਸਾਲਾਂ ਤੋਂ ਉਸ ਬੇਤਾਜ ਬਾਦਸ਼ਾਹ ਦਾ ਸਿੱਖਾਂ ਨੇ ਨਾਂ ਲੈਣਾ ਹੀ ਛੱਡ ਛੱਡੇ। ਇੰਨਾ ਜ਼ਰੂਰ ਹੈ ਉਹ ਬਾਬਾ ਖੜਕ ਸਿੰਘ ਜਿਸ ਨੇ ਪਿੱਟਣ ਲਾਈ ਸੀ ਲਾਹੌਰ 1929 ਦੀ ਕਾਂਗਰਸ ਸੈਸ਼ਨ ਵੇਲੇ ਤੇ ਕੋਈ ਸਿੱਖ ਜਵਾਹਰ ਲਾਲ ਦੀ ਤਕਰੀਰ ਵਿੱਚ ਨਾ ਜਾਵੇ ਤੇ ਜਵਾਹਰ ਲਾਲ ਉਹਨਾਂ ਉੱਤੇ ਬਾਬੇ ਖੜਕ ਸਿੰਘ ਦੇ ਬੜੇ ਦਿਆਲੂ ਹਨ। ਹਰ ਸਾਲ ਜਿੱਦਣ ਬਾਬਾ ਖੜਕ ਸਿੰਘ ਦਾ ਜਨਮ ਦਿਨ ਆਉਂਦਾ ਹੈ ਇੱਕ ਤਾਰ ਵਧਾਈ ਦੀ ਬਾਬੇ ਖੜਕ ਸਿੰਘ ਨੂੰ ਭੇਜ ਛੱਡਦੇ ਨੇ, ਇੰਨਾ ਹੀ ਸੰਬੰਧ ਰਹਿ ਗਿਆ। ਭਾਵੇਂ ਕਿ ਸਤਿਗੁਰੂ ਜਿਹੜਾ ਹੈ ਇਹ ਅਟਲ ਹੈ, ਸਤਿਗੁਰੂ ਵਿੱਚ ਕੁਝ ਇੱਕ ਖਾਸ ਵਿਸ਼ੇਸ਼ਤਾਈਆਂ ਹੁੰਦੀਆਂ, ਨਹੀਂ ਤੇ ਦੂਜੇ ਲੀਡਰ ਕਈ ਗੁਰੂਆਂ ਨਾਲੋਂ ਜਵਾਨ ਹੁੰਦੇ ਨੇ, ਕਈਆਂ ਦੇ ਰੰਗ ਵੀ ਲਾਲ ਹੁੰਦੇ ਨੇ ਲੀਡਰਾਂ ਦੇ, ਉਹ ਹਵਾਈ ਜਹਾਜ਼ਾਂ ਤੇ ਉੱਡ ਕੇ ਮਿੰਟਾਂ ਸਕਿੰਟਾਂ ਵਿੱਚ ਸਾਰੀ ਦੁਨੀਆਂ ਦਾ ਚੱਕਰ ਕਰ ਦਿੰਦੇ ਨੇ, ਉਹਨਾਂ ਦੇ ਰਾਕਟ ਜਿਹੜੇ ਨੇ ਦੁਨੀਆਂ ਵਿੱਚ ਥੱਲੀ ਮਚਾ ਦਿੰਦੇ ਨੇ। ਪਰ ਕਈ ਵਾਰ ਇਹ ਹੁੰਦਾ ਭਈ ਉਹਨਾਂ ਦੀ ਮੰਨਦਾ ਹੀ ਕੋਈ, ਉਹਨਾਂ ਦੀ ਥੋੜੇ ਆਦਮੀ ਵੀ ਨਹੀਂ ਮੰਨਦੇ। ਔਰ ਕਈ ਤੁਸੀਂ ਲੀਡਰ ਵੇਖੋਗੇ ਬਹੁਤਿਆਂ ਨੂੰ ਗੋਲੀ ਦਾ ਸ਼ਿਕਾਰ ਕਰ ਦਿੰਦੇ ਨੇ ਉਹਨਾਂ ਦੇ ਮੰਨਣ ਵਾਲੇ ਹੀ। ਤੋ ਪਿਆਰੇ ਸੱਜਣੋ, ਗੁਰੂ ਵਿੱਚ ਇੱਕ ਖਾਸ ਸਿਫਤ ਇਹ ਹੁੰਦੀ ਹੈ, ਹੋਰ ਵੀ ਬਹੁਤ ਹੁੰਦੀਆਂ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਮਹਾਰਾਜ ਵਿੱਚ ਇੱਕ ਖਾਸ ਵਿਸ਼ੇਸ਼ਤਾ ਆਈ ਸੀ, ਉਹ ਜਵਾਹਰ ਲਾਲ ਪੰਡਿਤ ਜੀ ਮਹਾਰਾਜ ਜਿਹੜੇ ਕਦੀ ਕਹਿੰਦੇ ਹੁੰਦੇ ਸਨ ਭਈ ਪੈਰਾਂ ਨੂੰ ਹੱਥ ਲਾਉਣਾ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਵੇਖਿਆ, ਤੁਸਾਂ ਵੇਖਿਆ ਨਨਕਾਣੇ ਸਾਹਿਬ ਵਿੱਚ ਜਿਸ ਵੇਲੇ ਜਵਾਹਰ ਲਾਲ ਜੀ ਗਏ, ਨਾਲ ਸਰਦਾਰ ਪ੍ਰਤਾਪ ਸਿੰਘ ਜੀ ਕਹਿ ਰਹੇ ਸਨ, ਜਵਾਹਰ ਲਾਲ ਕੋਲੋਂ ਰਿਹਾ ਨਾ ਗਿਆ, ਫੌਰਨ ਜਾ ਕੇ ਸਤਿਗੁਰਾਂ ਦੀ ਚਰਨੀ ਪੈ ਗਿਆ, ਦਰਸ਼ਨ ਕਰਕੇ ਕਹਿਣ ਲੱਗਾ ਮੇਰੇ ਵੱਸ ਦੀ ਕੋਈ ਗੱਲ। ਉਹ ਜਦੋਂ ਜਵਾਹਰ ਲਾਲ ਜ਼ਰਾ ਕੁ ਥੋੜਾ ਜਿਹਾ ਪੰਡਿਤ ਜੀ ਮਹਾਰਾਜ ਥੋੜੇ ਜਿਹੇ ਵਿੰਗੇ ਹੋਏ ਜਿਹਨੂੰ ਕਹਿ ਲਈਏ,
ਤਾਂ ਸਤਿਗੁਰੂ ਸੰਜਨਾ ਚਿੱਠੀ ਲਿਖੀ ਪੰਡਿਤ ਜਵਾਹਰ ਲਾਲ ਨੂੰ ਤੇ ਅਸੀਂ ਤੁਹਾਡੇ ਹੱਕ ਵਿੱਚ ਨੇ। ਜਿਸ ਤਰ੍ਹਾਂ ਅਸੀਂ ਮਾਣ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਕਿ ਹਿੰਦੁਸਤਾਨੀਓ, ਪੰਡਿਤ ਜਵਾਹਰ ਲਾਲ ਔਰੰਗਜ਼ੇਬ ਜਿੰਨੀ ਤਾਕਤ ਰੱਖਦਾ ਹੈ ਕਿ ਨਹੀਂ, ਉਸ ਨੂੰ ਚਿੱਠੀ ਲਿਖੀ। ਔਰ ਜਿਉਂ ਗੁੱਸੇ ਹੋਏ ਪੰਡਿਤ ਜੀ ਨੇ ਚਿੱਠੀਆਂ ਲਿਖੀਆਂ, ਇੱਥੇ ਨਾਮਧਾਰੀ ਦਰਬਾਰ ਵਿੱਚ ਸੁਣਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਤੁਸੀਂ ਸਤਿਗੁਰੂ ਮਹਾਰਾਜ ਜਗਜੀਤ ਸਿੰਘ ਨੂੰ ਇਸ ਅਸੈਂਬਲੀ ਦੀ ਸੀਟ ਉੱਤੇ ਖੜੇ ਕਰ ਲਓ, ਮਹਾਰਾਜ ਵੀਰ ਸਿੰਘ ਜੀ ਨੂੰ ਖੜਾ ਕਰੋ, ਅਸੀਂ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਆਦਮੀ ਵੀ ਖੜਾ ਨਹੀਂ ਕਰਾਂਗੇ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਹਾ ਕਿ ਮੈਂ ਇੱਕੋ ਹੀ ਗੱਲ ਕਰਦਾ ਹੁੰਦਾ, ਮੈਂ ਇੱਕ ਵਾਰ ਕਹਿ ਚੁੱਕਾ ਹਾਂ ਕਿ ਅਸੀਂ ਇਹ ਸੀਟ ਧੀਰ ਜੀ ਨੂੰ ਦੇਣੀ ਹੈ, ਮੈਂ ਤਾਂ ਹੀ ਤੁਹਾਡੇ ਨਾਲ ਚੱਲ ਸਕਦਾ ਜੇ ਤੁਸੀਂ ਇਹ ਸਾਰਾ ਪੰਥ ਕਹਿੰਦਾ ਹੈ। ਔਰ ਮੈਂ ਕਹਿੰਦਾ ਹਾਂ ਇਸ ਤੋਂ ਅਲੈਦਾ ਨਾ ਮੈਨੂੰ ਆਪਣੇ ਕਿਸੇ ਮੁੰਡੇ ਨੂੰ ਸੀਟ ਦੀ ਲੋੜ ਹੈ, ਨਾ ਹੋਰ ਕਿਸੇ ਨੂੰ। ਉਹਨਾਂ ਨੇ ਹੋਰ ਵੀ ਕਈਆਂ ਦੇ ਨਾਂ ਲੈ ਪਰ ਉਹਨਾਂ ਮਨਜ਼ੂਰ ਨਾ ਕੀਤਾ। ਔਰ ਜਿਉਂ ਟੁੱਟੇ ਉਹ ਗੱਲ ਨਾ ਬਣੀ। ਫਿਰ ਇੱਕ ਗੱਲ ਕਹਿ ਕੇ ਮੈਨੂੰ ਦਿਸਦਾ ਵੀ ਕੁਝ ਨਹੀਂ, ਪੰਜ ਪੰਜ ਦਸ ਪੰਜ ਪੰਦਰਾਂ ਪੰਜ ਵੀਹ ਤੇ ਇੱਕੀ, ਇੱਕ ਮਿੰਟ ਹੋਰ ਹੈ ਬੜਾ ਹੈ। ਹਾਂਜੀ ਉਹ ਇਹ ਗੱਲ ਭਾਈ ਦਲੇਰੀ ਜਿਹੜੀ ਹੈ ਦਲੇਰੀ ਨਹੀਂ ਹੁੰਦੀ ਕਿਸੇ ਵਿੱਚ ਵੀ, ਕਿਉਂ ਕਿ ਸਾਰਿਆਂ ਨੂੰ ਲਾਲਚ ਹੁੰਦਾ, ਲੀਡਰ ਬਣਨ ਦਾ ਲਾਲਚ, ਮੈਂਬਰ ਬਣਨ ਦਾ ਲਾਲਚ, ਹੋਰ ਵੀ ਲਾਲਚ ਕਈ ਹੁੰਦੇ ਨੇ ਤੇ ਦਲੇਰੀ ਨਹੀਂ ਹੁੰਦੀ। ਦਲੇਰੀ ਕਿਹਦੇ ਵਿੱਚ ਹੁੰਦੀ ਹੈ? ਸਵਾਸ ਸਤਿਗੁਰੂ ਤੋਂ ਹੋਰ ਕਿਸੇ ਵਿੱਚ ਨਹੀਂ। ਵੇਖੋ ਹੁਣ ਵੱਡੇ ਵੱਡੇ ਆਦਮੀ ਤੁਸੀਂ ਲੈ ਲਓ ਮੁਕਾਬਲੇ ਵਿੱਚ, ਦੁਨੀਆਂ ਵਿੱਚ ਗੁਰੂ ਵੀ ਹਨ, ਇਹ ਨਹੀਂ ਕਿ ਗੁਰੂਆਂ ਤੋਂ ਖਾਲੀ ਹੈ ਦੁਨੀਆਂ। ਇੱਕ ਗੁਰੂ ਕਾਨਪੁਰ ਵਿੱਚ, ਉਹਨਾਂ ਦਾ ਜ਼ਿਕਰ ਮੈਂ ਕਰਦਾ ਹਾਂ ਇੱਕ ਮਿੰਟ ਵਿੱਚ, ਹੋਰ ਵੀ ਹਨ ਬੜੇ। ਉਹਨਾਂ ਦੀ ਰੋਟੀ ਸੀ ਕਿਸੇ ਦੇ ਘਰ, ਬੜੇ ਸਰਦਾਰਾਂ ਦੇ ਘਰ, ਗੁਜਰਾਤ ਵਾਲੇ ਸਨ। ਉਹਨਾਂ ਸੰਤਾਂ ਗੁਰੂਆਂ ਦਾ ਬੜਾ ਪ੍ਰਤਾਪ ਸੀ, ਬੜੀ ਸਿੱਖੀ ਸੀ। ਉਹ ਕਮਰੇ ਸਨ, ਮੈਂ ਕਵੀ ਜੀ ਬੈਠੇ ਹੋਣਗੇ ਇੱਥੇ, ਮੈਂ ਕਵੀ ਜੀ, ਭਾਰਤੀ ਜੀ, ਮਨਤੀਰ ਜੀ, ਭਜਨ, ਅਸੀਂ ਪੰਜ ਜਣੇ ਉਹਨਾਂ ਦੇ ਘਰ ਸਾਂ ਕਿਸੇ ਕਾਰਨ ਗਏ ਹੋਏ। ਸਾਡੀ ਰੋਟੀ ਸੀ ਉਹਨਾਂ ਦੇ ਘਰ, ਉਹਨਾਂ ਗੁਰੂਆਂ ਦੀ ਵੀ ਰੋਟੀ ਸੀ, ਉਹ ਸਾਡੇ ਨਾਲ ਦੇ ਕਮਰੇ ਵਿੱਚ ਸਨ। ਲੇਕਿਨ ਉਹਨਾਂ ਨੇ ਸਾਡੇ ਅੱਗੇ ਜਿਸ ਵੇਲੇ ਕੌਲੀਆਂ ਰੱਖੀਆਂ, ਮੈਂ ਕਵੀ ਜੀ ਨੂੰ ਕਿਹਾ ਕਵੀ ਜੀ ਇਹ ਚੀਜ਼ ਕਦੀ ਨਹੀਂ ਵੇਖੀ, ਇਹ ਕੀ ਹੈ? ਕਹਿਣ ਲੱਗਾ ਵੇਖੀ ਤੇ ਮੈਂ ਵੀ ਨਹੀਂ, ਅਸੀਂ ਪੰਜੇ ਹੀ ਆਦਮੀ ਉਹ ਨਵਾਕਫ ਸਾਂ, ਅਸਾਂ ਉਹਨਾਂ ਨੂੰ ਸੱਦ ਕੇ ਪੁੱਛਿਆ ਵੀ ਇਹ ਕੀ ਹੈ? ਉਹ ਕਹਿਣ ਲੱਗੇ ਜੀ ਇਹ ਮਹਾਂਪ੍ਰਸ਼ਾਦ। ਮੈਂ ਕਿਹਾ ਓਏ ਅਸੀਂ ਤੇ ਖਾਂਦੇ ਨਹੀਂ। ਇਹ ਕਵੀ ਉਹਨਾਂ ਨੂੰ ਪਤਾ ਵੀ ਉਸ ਦਿਨ ਅਸੀਂ ਸਾਰਾ ਦਿਨ ਭੁੱਖੇ ਰਹਿ, ਅਸੀਂ ਉਠਾਤੀਆਂ ਕੌਲੀਆਂ। ਉਹ ਜਿਹੜੇ ਗੁਰੂ ਸਨ ਉਹ ਵੀ ਮਾਸ ਨਹੀਂ ਸੀ ਖਾਂਦੇ, ਉਹਨਾਂ ਆਖਿਆ ਤੁਸੀਂ ਮਾਸ ਨਾ ਖਾਓ, ਵੈਸ਼ਨੋ ਰੋਟੀ ਤੁਹਾਨੂੰ ਦੇਵੇ ਆ, ਅਸਾਂ ਆਖਿਆ ਅਸੀਂ ਤੁਹਾਡੇ ਘਰ ਦਾ ਹੀ ਨਹੀਂ ਖਾਣਾ। ਉਹਨਾਂ ਮਹਾਤਮਾ ਦੀ ਰੋਟੀ ਵੀ ਸੀ, ਉਹ ਮਾਸ ਨਹੀਂ ਸੀ ਖਾਂਦੇ, ਉਹਨਾਂ ਦੇ ਨਾਲ ਸਿੱਖ ਵੀ ਸਨ ਉਹ ਵੀ ਮਾਸ ਨਹੀਂ ਸਨ ਖਾਂਦੇ।
ਪਰ ਉਹਨਾਂ ਨੂੰ ਜ਼ਰੂਰਤ ਨਹੀਂ ਪਈ। ਹਜ਼ਾਰ ਹਾ ਸਿੱਖ ਹੈ ਕਾਨਪੁਰ ਵਿੱਚ ਉਹਨਾਂ ਦਾ, ਹਜ਼ਾਰਾਂ ਸਿੱਖ ਉਹ ਸੂਬੇ ਵਿੱਚ ਹਨ, ਲੇਕਿਨ ਉਹਨਾਂ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪਈ ਭਾਈ ਅਸੀਂ ਤੇਰੇ ਘਰ ਦੀ ਰੋਟੀ ਨਹੀਂ ਖਾਣੀ, ਤੂੰ ਮਾਸ ਰਿੱਧਾ। ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਹੁਣ ਹੈਦਰਾਬਾਦ ਗਏ, ਭੀਮ ਸੈਨ ਸੱਚਰ ਜੀ ਮਿਲੇ, ਉਹ ਕਹਿਣ ਲੱਗੇ ਮੈਂ ਚਾਹ ਨਹੀਂ ਪੀਂਦਾ, ਮੈਂ ਤੰਬਾਕੂ ਨਹੀਂ ਪੀਂਦਾ, ਮੈਂ ਮਾਸ ਨਹੀਂ ਖਾਂਦਾ, ਮੈਂ ਸ਼ਰਾਬ ਨਹੀਂ ਪੀਂਦਾ, ਤੁਸੀਂ ਮੇਰੇ ਘਰ ਦੀ ਰੋਟੀ ਲਵੋ ਔਰ ਅੰਨ ਲਵੋ ਅਤੇ ਬਣਾ ਕੇ ਖਾਓ। ਸਤਿਗੁਰਾਂ ਨੇ ਬਥੇਰਾ ਕੁਝ ਕਿਹਾ, ਲੇਕਿਨ ਅਖੀਰ ਇਹਨਾਂ ਨੇ ਉਹ ਗੱਲ ਕਹਿ ਦਿੱਤੀ ਜਿਹਦੇ ਤੋਂ ਇਹਨਾਂ ਨੂੰ ਕੋਈ ਡਰ ਨਹੀਂ ਸੀ। ਉਹ ਕਹਿਣ ਲੱਗਾ ਫਿਰ ਮੈਂ ਮਜਬੂਰ ਹਾਂ। ਤੋ ਪਿਆਰੇ ਸੱਜਣੋ, ਇਸ ਕਰਕੇ ਸਤਿਗੁਰ ਦੀ ਸ਼ਕਤੀ ਵੱਡੀ ਹੁੰਦੀ ਹੈ ਕਿ ਉਹ ਕਿਸੇ ਕੋਲੋਂ ਡਰਦਾ ਨਹੀਂ। ਇਹਨਾਂ ਨੇ ਹੁਣੇ ਕਿਹਾ ਕਿ ਉਹ ਨਿਰਭਾਉ ਹੁੰਦਾ, ਉਹ ਭਾਵੇਂ ਲੱਖਪਤੀ ਸੇਠ ਹੋਵੇ ਉਹਨਾਂ ਨੂੰ ਵੀ ਇੱਥੇ ਖਿਲਾਰ ਲੈਂਦਾ। ਤੇ ਆਓ ਬਈ ਗੱਲ ਸੁਣੋ, ਤੁਸਾਂ ਇਹ ਕੰਮ ਕਿਉਂ ਕੀਤਾ? ਉਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਸਾਡੀ ਰਕਮ ਮਾਰੀ ਜਾਏਗੀ, ਉਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਲੱਖਾਂ ਰੁਪਏ ਚੜ੍ਹਨਗੇ ਕਿ ਨਾ ਚੜ੍ਹਨਗੇ। ਉਹਨਾਂ ਦਾ ਇਹੋ ਹੀ ਧਰਮ ਹੈ ਕਿ ਆਪਣੇ ਅਸੂਲ ਤੇ ਡਟੇ ਰਹਿਣਾ ਔਰ ਉਹਦੀ ਸ਼ਕਤੀ ਨਾਲ ਤੁਹਾਨੂੰ ਏਕਤਾ ਵਿੱਚ ਪਰੋਈ ਰੱਖਣਾ ਔਰ ਏਕਤਾ ਵਿੱਚ ਸੁੱਖ ਪੈਦਾ ਹੋਣਾ। ਨਾ ਪਦਾਰਥ ਦਾ ਘਾਟਾ, ਨਾ ਹੋਰ ਕਿਸੇ ਚੀਜ਼ ਦਾ ਘਾਟਾ। ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।